ਇੱਕ ਵੀਤ ਦਿਨ ਇਹ ਮਾਮਲਾ ਬੜਾ ਵਾਇਰਲ ਹੋ ਰਿਹਾ ਸੀ ਤੁਸੀਂ ਸਾਰੇ ਪੱਤਰਾਂ ਦਾ ਪਾਇਚਰ ਨੂੰ ਪਤਾ ਕਿ ਸਲੀਮ ਨੇ ਇੱਕ ਗੁਸਤਾਖੀ ਕੀਤੀ ਹੈ ਗੁਨਾਹ ਕੀਤਾ ਜਿਸ ਨੇ ਮਾਫੀ ਮੰਗਨ ਤੋਂ ਬਾਅਦ بار بار ਸਾਡੇ ਸਨਾਤਨ ਨੂੰ ਟਾਰਗੇਟ ਕੀਤਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਸਨਾਤਨ ਧਰਮ ਦੇ ਵਿੱਚ ਜਿੰਨੇ ਆਸਥਾ ਰੱਖਣ ਵਾਲੇ ਸਾਡੇ ਲੋਕ ਹੈ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਇਆ ਇੱਕalle ਗੱਗੀ ਆ ਉਹਦੇ ਨਾਲ ਚਾਰ ਬੰਦੇ ਜਿਹੜੇ ਰਲੇ ਹੋਏ ਸੀਗੇ ਇਹਨਾਂ ਨੂੰ ਕੀ ਨੇ ਹੱਕ ਦਿੱਤਾ ਸੀ ਕਿ ਉਹਨੂੰ ਮਾਫ ਕਰਨ ਦਾ ਅਸੀਂ ਮਾਸਟਰ ਸਲੀਮ ਤੇ ਗੱਗੀ ਪੰਡਤ ਦੋਹਾਂ ਦੇ ਖਿਲਾਫ ਕਰਨ ਵਾਸਤੇ ਆਏ ਆ ਮਾਸਟਰ ਸਲੀਮ ਨੇ ਤਾਂ ਜਿਹੜਾ ਪਾਪ ਕੀਤਾ ਹੀ ਕੀਤਾ ਉਹ ਤਾਂ ਸਜ਼ਾ ਦਉਗੇ ਹੀ ਦਵਾਂਗੇ ਜਿਹੜੀ ਵੀ ਹਿੰਦੂ ਤਖਤ ਤੈਅ ਕਰੂਗਾ ਹਿੰਦੂ ਜਥੇਬੰਦੀਆਂ ਤੈਅ ਕਰਨਗੀਆਂ ਨਾਲ ਸਜ਼ਾ ਦੇ ਹੱਕਦਾਰ ਇਹ ਧਰਮ ਦੇ ਠੇਕੇਦਾਰ ਵੀ ਨੇ ਐਸੇ ਲੋਕ ਬੰਦੇ ਨੂੰ ਤੁਸੀਂ ਪੈਸੇ ਦੇ ਕੇ ਬੁਲਾਉਂਦੇ ਹੋ ਔਰ ਮर्यादा ਨੂੰ ਪੰਗਰਾ ਦਿੰਦੇ ਹੋ ਜੋ ਕਿ ਸਟੇਜ ਦੇ ਉੱਤੇ ਅੱਲਾਹੁ ਅੱਲਾਹੁ ਕਰਨ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਗਾਣਾ गा ਕੇ ਨਿਕਲਦੇ ਬਣਦੇ ਕਿੱਥੇ ਗਈ ਹਿੰਦੂਆਂ ਦੀ ਮर्याਦਾ ਇੱਕ ਵੀਤ ਦਿਨ ਇਹ ਮਾਮਲਾ ਬੜਾ ਵਾਇਰਲ ਹੋ ਰਿਹਾ ਸੀ ਤੁਸੀਂ ਸਾਰੇ ਪੱਤਰਾਂ ਦਾ ਭਾਈਚਾਰਣ ਨੂੰ ਪਤਾ ਕਿ ਸਲੀਮ ਨੇ ਇੱਕ ਗੁਸਤਾਖੀ ਕੀਤੀ ਹੈ ਗੁਨਾਹ ਕੀਤਾ ਜਿਸ ਨੇ ਮਾਫੀ ਮੰਗਨ ਤੋਂ ਬਾਅਦ بار بار ਸਾਡੇ ਸਨਾਤਨ ਨੂੰ ਟਾਰਗੇਟ ਕੀਤਾ ਔਰ ਉਦੋਂ ਮਾਫੀ ਕੁਝ ਬੰਦ ਕਮਰੇ ਦੇ ਵਿੱਚ ਸਵੇਪੂ ਜੋ ਪਰਿਆਪਰ ਨੂੰ ਸੰਤ ਕਹਿੰਦਾ ਅਸ਼ਵਨੀ ਗੱਗੀ ਇਹਨਾਂ ਨੇ ਉਹਨੂੰ ਮਾਫੀ ਦਿੱਤੀ ਉਹ ਮਾਫੀ ਦੇਣ ਦਾ ਪਿੱਛੇ ਇਹਨਾਂ ਦਾ ਕੀ ਸਮਝੌਤਾ ਸੀਗਾ ਉਹਦੀ ਪੜਤਾਲ ਅਸੀਂ ਕਰ ਰਹੇ ਆਪਣੇ ਪੱਤਰ ਦੇ ਤੇ ਮੈਂ 2 ਦਿਨ ਪਹਿਲਾਂ ਇੱਥੇ ਆ ਕੇ ਇੱਕ ਪ੍ਰੈਸ ਵਾਰਤਾ ਕਰਨ ਤੋਂ ਬਾਅਦ ਮਾ ਕਾਲੀ ਦੇ ਚਰਨਾਂ ਦੇ ਵਿੱਚ ਅਰਪਣ ਹੋਇਆ ਆਪਣੇ ਆਪ ਨੂੰ ਔਰ ਮੈਂ ਮਾਤਾ ਕਾਲੀ ਨਾਲ ਵਾਅਦਾ ਕੀਤਾ ਕਿ ਸਲੀਮ ਦੇ ਖਿਲਾਫ ਇੱਕ ਐਫਆਈਆਰ ਅਦਾਜ ਕਰਾਂਗੇ ਤੁਹਾਡੇ ਚਰਨਾਂ ਨੂੰ ਪਿੰਡ ਕਰਾਂਗੇ ਜਿਸ ਤੋਂ ਤਿਲ ਮਲਾ ਕੇ ਇਹਨਾਂ ਲੋਕਾਂ ਨੇ ਰਿਐਕਟ ਕੀਤਾ ਔਰ ਸਲੀਮ ਦੇ ਨਾਲ ਜਾ ਕੇ ਖੜ ਗਏ ਉਹਦੇ ਪ੍ਰਮਖਤਾ ਬਣ ਗਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਸਨਾਤਨ ਧਰਮ ਦੇ ਵਿੱਚ ਜਿੰਨੇ ਆਸਥਾ ਰੱਖਣ ਵਾਲੇ ਸਾਡੇ ਲੋਕ ਹੈ ਉਹਨਾਂ ਦੀ ਭਾਵਨਾ ਨੂੰ ਠੇਸ ਪਹਚਾਇਆ ਇੱਕalle ਗੱਗੀ ਆ ਉਹਦੇ ਨਾਲ ਚਾਰ ਬੰਦੇ ਜਿਹੜੇ ਰਲੇ ਹੋਏ ਸੀਗੇ ਇਹਨਾਂ ਨੂੰ ਕੀਹਦੇ ਹੱਕ ਦਿੱਤਾ ਸੀ ਉਹਨੂੰ ਮਾਫ ਕਰਨ ਦਾ ਪਹਿਲਾ ਸਵਾਲ ਸਾਡਾ ਇਹ ਉਤ ਜੀ ਸਲੀਮ ਦੀ ਗੱਲ ਕਰ ਲਈਏ ਜਾਂ ਕੁਝ ਹੋਰ ਲੋਕਾਂ ਦੀ ਗੱਲ ਕਰ ਲਈਏ ਇਹ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਸਨਾਤਨ ਦੇ ਬਾਰੇ ਜਾਂ ਕਿਸੇ ਵੀ ਧਰਮ ਦੇ ਬਾਰੇ ਬੋਲਦੇ ਹਨ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਹਨ ਥੋਣੀ ਹੋਏਗਾ ਥੋਣੀ ਹੋਏਗਾ ਕੋਈ ਜਾਇਜ਼ ਨਹੀਂ ਮਾਫੀ ਦੇਣਾ ਔਰ ਜਿਸ ਨੇ ਜੋ ਗਲਤੀ ਕੀਤੀ ਹੈ ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲੇਗੀ ਜਦੋਂ ਗੁਰਦਾਸ ਮਾਨ ਸਾਹਿਬ ਨੇ ਇੱਕ ਮੀਡੀਆ ਦੇ ਵਿੱਚ ਹੀ ਆ ਇੱਕ ਸਟੇਜ ਦੇ ਉੱਤੇ ਔਰ ਉਹ ਆਪਣਾ ਮੁਰਾਸ਼ਾ ਦੀ ਜੀ ਦੀ ਤੁਲਨਾ ਜਿਹੜੀ ਸੀਗੀ ਉਹ ਗੁਰੂਆਂ ਨਾਲ ਕੀਤੀ ਤਾਂ ਉਸ ਨੂੰ ਕਿੰਨਾ ਕੁ ਮਾਫ ਕੀਤਾ ਸਾਡੇ ਸਿੱਖ ਭਰਾਵਾਂ ਨੇ ਤੇ ਅੱਜ ਸਾਡੇ ਸਿੱਖ ਭਰਾ ਸਾਡੇ ਨਾਲ ਔਰ ਜਿਸ ਤਰੀਕੇ ਨਾਲ ਸਰਾਤਨ ਦੇ ਉੱਤੇ ਕੋਈ ਵੀ ਟਾਰਗੇਟ ਕਰੇਗਾ ਠੀਕ ਹੈ ਉਸ ਨੂੰ ਉਸ ਦਾ ਜਵਾਬ ਮਿਲੇਗਾ ਹੀ ਮਿਲੇਗਾ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹਨਾਂ ਖਿਲਾਫ ਧਾਰਮਿਕ ਸਜ਼ਾ ਵੀ ਤੈਅ ਕਰਾਂਗੇ ਇਹਨਾਂ ਲੋਕਾਂ ਦੀ ਧਾਰਮਿਕ ਆਯੋਜਨਾਵਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਵੀ ਕਰਾਂਗੇ ਹਿੰਦੂਆਂ ਨੂੰ ਇਹ ਸਮਝਣਾ ਚਾਹੀਦਾ ਵੀ ਇਹ ਲੋਕ ਮर्यादा ਤੋਂ ਬਾਹਰ ਹੋ ਕੇ ਤੁਹਾਡੀ ਮर्यादा ਨੂੰ ਪੰਗ ਕਰਦੇ ਹਨ ਔਰ ਤੁਸੀਂ ਇੱਕ ਬਚਾਸ ਦੀ ਲੜਾਈ ਲੜਨ ਦੇ ਲਈ ਕਿ ਅਸੀਂ ਸਲੀਮ ਮਨਾਇਆ ਬੁਲਾਇਆ ਹੋਇਆ ਜੋ ਕਿ ਸਲਮਾਨ ਖਾਨ ਦੇ ਪਿੱਛੇ ਗੰਦਾ ਹੈ ਐਸੇ ਲੋਕ ਬੰਦੇ ਨੂੰ ਤੁਸੀਂ ਪੈਸੇ ਦੇ ਕੇ ਬੁਲਾਉਂਦੇ ਹੋ ਔਰ ਮर्यादा ਨੂੰ ਪੰਗ ਕਰਦੇ ਹੋ ਜੋ ਕਿ ਸਟੇਜ ਦੇ ਉੱਤੇ ਅੱਲਾ ਕਿੱਥੇ ਗਈ ਹਿੰਦੂਆਂ ਦੀ ਮर्यादा ਹਿੰਦੂਆਂ ਨੂੰ ਸਮਝਣਾ ਚਾਹੀਦਾ ਇਸ ਚੀਜ਼ ਨੂੰ ਕਿ ਐਸੇ ਲੋਕਾਂ ਦਾ ਬ੍ਰਿਸ਼ਕਾਰ ਕਰਨਾ ਚਾਹੀਦਾ ਜੋ ਸਨਾਤਨ ਦੇ ਬਾਰੇ ਟਿੱਪਾ ਟਿਪ ਨਹੀਂ ਕਰੇਗਾ ਉਸ ਦਾ ਕੜਾ ਵਿਰੋਧ ਸਰਾਤਨ ਡਟ ਕੇ ਕਰੇਗਾ ਕਨਈਆ ਮਿੱਤਲ ਨੇ ਵਿਰੋਧ ਕੀਤਾ ਸੀ ਤੁਸੀਂ ਉਸ ਵਿਰੋਧ ਦੇ ਨਾਲ ਸਹਿਮਤ ਹੋ ਬਿਲਕੁਲ ਉਸ ਨੇ ਇੱਕ ਮर्याਦਾ ਸਮਝਾਈ ਸੀ ਅਸੀਂ ਉਸ ਤੋਂ ਸਹਿਮਤ ਹਾਂ ਅਸੀਂ ਚਾਹੁੰਦੇ ਹਾਂ ਸਾਡੇ ਧਾਰਮਿਕ ਆਯੋਜਨਾਂ ਦੇ ਵਿੱਚ ਜੋ ਹਿੰਦੂ ਹੈ ਜੋ ਗਾਇਕ ਹੈ ਸਾਡੇ ਇਹ ਨਹੀਂ ਕਿ ਅਸੀਂ ਕਨਈਆ ਮਿੱਤਲ ਨੂੰ ਹੀ ਟਾਰਗੇਟ ਕਰਦੇ ਹਾਂ ਜੋ ਵੀ ਗਾਇਕ ਹੈਗਾ ਉਹਨੂੰ ਜਾਣਨਾ ਚਾਹੀਦਾ ਉਹਨਾਂ ਨੂੰ ਹੀ ਕਰਨਾ ਚਾਹੀਦਾ ਹਿੰਦੂਆਂ ਨੂੰ ਤੁਹਾਡੀ ਇੱਕ ਸ਼ਰਧਾ ਪੂਰੀ ਹੁੰਦੀ ਹੈ ਤੁਹਾਡੀ ਇੱਕ ਤੁਹਾਡੀ ਕੋਈ ਮੰਨਤ ਪੂਰੀ ਹੁੰਦੀ ਤੁਸੀਂ ਜਗਰਾਤਾ ਕਰਾਉਂਦੇ ਹੋ ਸਵੇਰੇ ਤਾਰਾਂਾਂ ਦੀ ਕਥਾ ਤੱਕ ਤੁਸੀਂ ਸ਼ਰਧਾ ਨਾਲ ਬੈਠਦੇ ਹੋ ਉੱਥੇ ਕੁਝ ਕੁਝ ਲੱਖ ਰੁਪਏ ਲੈ ਕੇ 80 ਤੋਂ 10 ਲੱਖ ਰੁਪਏ ਲੈ ਕੇ ਮੁਸਲਮਾਨ ਸਿੰਗਰਾਂ ਨੂੰ ਗਵਾ ਕੇ ਤੁਸੀਂ 10-15 ਮਿੰਟ ਚ ਭੇਜ ਦਿੰਦੇ ਹੋ ਕਿੱਥੇ ਗਈ ਤੁਹਾਡੀ ਆਸਥਾ ਤੇ ਕਿੱਥੇ ਗਈ ਤੁਹਾਡੀ ਤੁਹਾਡੀ ਜਿਹੜੀ ਆਪ ਆਪਣੇ ਸਰਾਤਾ ਤੁਹਾਡੇ ਮੰਨ ਚੋਂ ਕਿੱਥੇ ਹੈ ਕਿ ਜਿਹੜਾ ਸਲੀਮ ਦਾ ਮਾਮਲਾ ਪਿੱਛੇ ਉਹ ਕਿ ਹਿੰਦੂ ਤੱਕ ਹੁਣ 11 ਬੰਦੇ ਆ ਨਜ਼ਰ ਆ ਰਹੇ ਕਿਵੇਂ ਦੇਖੋ ਹਿੰਦੂ ਤੱਕ ਤਾਂ ਬੰਦੇ ਆ ਨਹੀਂ ਹਿੰਦੂ ਸੰਗਠਨ ਪਹਿਲਾਂ ਵੀ ਇੱਕ ਜੁਟ ਸੀਗੇ ਹੁਣ ਵੀ ਇੱਕ ਜੁਟ ਨੇ ਜਿਹੜਾ ਮਾਸਟਰ ਸਲੀਮ ਵਾਲਾ प्रकरण ਹੁੰਦਾ ਜਿਹੜੇ ਇਹ ਅਖੌਤੀ ਜਿਹੜੇ ਆਪਣੇ ਆਪ ਨੂੰ ਇਹ ਕਹੋਂਦਾ ਕਿ ਮੈਂ ਜੀ ਉਹ ਤੇ ਹਿੰਦੂ ਤਾਕਤ ਦਾ ਮੁਖੀ ਬਣ ਗਿਆ ਇੱਕ ਕਮਰੇ ਦੇ ਵਿੱਚ ਬੈਠ ਕੇ ਮਾਸਟਰ ਸਲੀਮ ਨੂੰ ਇਹ ਮਾਫੀ ਦਿੰਦਾ ਆ ਇਹ ਪਹਿਲਾਂ ਵੀ ਚੈਨਲਾਂ ਨੂੰ ਮੈਂ ਕਿਹਾ ਹੈ ਸਿੱਧਾ ਤੇ ਸਿੱਧਾ ਪੈਸੇ ਦਾ ਲੈਣ-ਦੇਣ ਕਰਕੇ ਇਹਨੂੰ ਮਾਫੀ ਦਿੱਤੀ ਹੈ ਮਾਸਟਰ ਸਲੀਮ ਇੱਕ ਗੱਲ ਬੋਲਦਾ ਮਾਫੀ ਮੰਗ ਲੈਂਦਾ ਉਸ ਤੋਂ ਬਾਅਦ ਫੇਰ ਅਗਲੀ ਵਾਰ ਜਾ ਕੇ ਫੇਰ ਦੁਬਾਰਾ ਧਰਮ ਨੂੰ ਟਾਰਗੇਟ ਕਰਦਾ ਦਾ ਹਿੰਦੂ ਤਖਤ ਨੇ ਤੇ ਹੋਰ ਹਿੰਦੂ ਸੰਗਠਨਾਂ ਨੇ ਬੀੜਾ ਚੱਕਿਆ ਇਹਦਾ ਹਰ ਜਗ੍ਹਾ ਤੇ ਵਿਰੋਧ ਕਰਾਂਗੇ ਜਿਹੜੇ ਸਾਡੇ ਸਨਾਤਨ ਧਰਮ ਦੀ ਆੜ ਦੇ ਵਿੱਚ ਇਹ ਧਰਮ ਦੇ ਠੇਕੇਦਾਰ ਗੱਗੀ ਪੰਡਤ ਵਰਗੇ ਬਣੇ ਫਿਰਦੇ ਨੇ ਨਾਲ ਇਹਨਾਂ ਦਾ ਵੀ ਪਰਦਾ ਪਾਸ਼ ਕਰਾਂਗੇ ਜਨਤਾ ਦੇ ਸਾਹਮਣੇ ਇਹਨਾਂ ਦਾ ਅਸਲੀ ਚਿਹਰਾ ਲੈ ਕੇ ਆਵਾਂਗੇ ਕੱਲ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਉਹ ਗੱਗੀ ਪੰਡਤ ਕਹਿ ਰਿਹਾ ਕਿ ਮੈਂ ਪ੍ਰਾਣਾ ਗੱਗੀ ਪੰਡਤ ਕਿ ਉਹੀ ਗੱਗੀ ਪੰਡਤ ਜੀਤੇ ਦਾਰੂਆਂ ਦੇ ਪਰਚੇ ਇੰਦੇ ਪਰਚੇ ਗਊਆਂ ਦੀਆਂ ਗੱਡੀਆਂ ਚੜਨ ਦੇ ਪਰਚੇ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲ ਪਈ ਅੱਜ ਉਹ ਇੱਕ ਚੋਲਾ ਪਾ ਕੇ ਮਤਲਬ ਧਰਮ ਦੀ ਆੜ ਦੇ ਵਿੱਚ ਇੱਕ ਪੰਤ ਦਾ ਜਿਹੜਾ ਮਤਲਬ ਜਿਹਨੂੰ ਕਹਿੰਦੇ ਆ ਸਨਾਤਨ ਦਾ ਧਾਰਾ ਲੈ ਕੇ ਉਹ ਜਿਹੜਾ ਹੁਣ ਸੌਦੇਬਾਜ਼ੀਆਂ ਕਰਨ ਲੱਗ ਗਿਆ ਪਟਿਆਲੇ ਦਾ ਸਨਾਤਨੀ Hindu ਪੰਜਾਬ ਦਾ ਸਨਾਤਨੀ Hindu ਅੱਤਵਾਦ ਦੇ ਟਾਈਮ ਦੇ ਵਿੱਚ ਬੜਾ ਦੁੱਖ ਚੇਲਿਆ ਪਰ ਐੋ ਜੇ ਧਰਮ ਦੇ ਟੇਕੇਦਾਰ ਜਿਹੜੇ ਧਰਮ ਦੀ ਆੜ ਦੇ ਵਿੱਚ ਗੁੰਡਾਗਰਦੀ ਵੀ ਕਰ ਰਹੇ ਨੇ ਇੱਕ ਪਾਸੇ ਤਾਂ ਗੱਗੀ ਪੰਦਰ ਨੂੰ ਜਦ ਤੱਕ ਲੰਗਰ ਕਮੇਟੀ ਜਗ੍ਹਾ ਨਹੀਂ ਮਿਲੀ ਉਹ ਕਹਿੰਦਾ ਲੰਗਰ ਕਮੇਟੀ ਚੋਰ ਹੈ ਇਹ ਪ੍ਰਸ਼ਾਦ ਮਾਪਿਆ ਉਸ ਟਾਈਮ ਲੰਗਰ ਕਮੇਟੀ ਕਿਹਦੇ ਕੋਲ ਸੀ ਪੰਚਾਨੰਦ ਗਿਰੀ ਜੀ ਉਹਦੇ ਅਧਿਐਕ ਸੀਗੇ ਦੁਕਾਨਾ ਕਿਹਦੇ ਕੋਲ ਸੀ ਪੰਚਾਨੰਦ ਗਿਰੀ ਜੀ ਦੀ ਅਧਿਐਕਸਤਾ ਦੇ ਵਿੱਚ ਹੀ ਇਹਦਾ ਮਤਲਬ ਜਿਸ ਗੁਰੂ ਦਾ ਚੇਲਾ ਉਹ ਬਣਿਆ ਹੋਇਆ ਆਪਣੇ ਗੁਰੂ ਨੂੰ ਇਹ ਚੋਰ ਕਹਿ ਰਿਹਾ ਮੀਡੀਆ ਨੇ ਉਹ ਤੋਂ ਸਵਾਲ ਨਹੀਂ ਪੁੱਛਿਆ ਪਰ ਜਦੋਂ ਉਹ ਨੂੰ ਲੰਗਰ ਕਮੇਟੀ ਨੇ ਕਮਰਾ ਦੇ ਤਾ ਤਾਂ ਅੱਜ ਜਿਹੜਾ ਆ ਉਹ ਲੰਗਰ ਜਿਹੜੇ ਦੂਸਰੀਆਂ ਸੰਸਥਾਵਾਂ ਜਿਨ੍ਹਾਂ ਨੂੰ ਪ੍ਰਸਾਦ mafia ਉਹ ਕਹਿ ਰਹੀ ਸੀ ਉਹ ਸਾਧ ਹੋ ਗਏ ਸਾਡਾ ਪ੍ਰੈਸ ਮੀਡੀਆ ਦੇ ਰਾਈ ਇਹ ਸਵਾਲ ਹੈ ਔਰ ਲੋਕਾਂ ਨੂੰ ਵੀ ਇਹ ਬੇਨਤੀ ਕਰਾਂਗੇ ਜਿਹੜੇ ਧਰਮ ਦੀ ਆੜ ਦੇ ਵਿੱਚ ਇਹ ਠੇਕੇਦਾਰੀ ਕਰ ਰਹੇ ਕਥਿਤ ਲੋਕ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ Hindu ਤਖਤ ਦੀ ਗੱਲ ਆ ਰਹੀ ਹੈ ਹਿੰਦੂ ਤਖਤ ਦੇ ਸਾਰੇ origignal ਪੇਪਰ ਜਿਹੜੇ ਨੇ ਐਸਐਸਪੀ ਪਟਿਆਲਾ ਜੀ ਨੂੰ ਦੇ ਚੁੱਕੇ ਆ ਜੇ ਗੱਗੀ ਪੰਡਿਤ ਕੋਲੇ ਹਿੰਦੂ ਤਖਤ ਦਾ ਕੋਈ ਪੇਪਰ ਹੈਗਾ ਤਾਂ ਉਹ ਪੇਪਰ ਦਿਖਾਵੇ ਇਹ ਨਹੀਂ ਹੈਗਾ 10 ਬੰਦੇ ਇਕੱਠੇ ਹੋ ਕੇ ਕਿ ਮਨੂ ਜੀ ਥਾਪਤਾ ਜੀ ਮਨੂੰ ਇਹਨਾਂ ਨੇ ਥਾਪਿਆ ਤਾਂ ਮੈਂ ਹਿੰਦੂ ਤਖਤ ਦਾ ਮੁਖੀ ਹੋ ਗਿਆ ਬੋਲਣਾ ਕਾਗਜ਼ਾਂ ਨੇ ਕਾਗਜ਼ ਐਸਐਸਪੀ ਪਟਿਆਲਾ ਦੇ ਸਾਹਮਣੇ ਨੇ ਐਸਐਸਪੀ ਪਟਿਆਲਾ ਸਾਹਿਬ ਨੂੰ ਅਸੀਂ ਮਿਲਣ ਆਏ ਆ ਬੇਨਤੀ ਕਰਨ ਆਏ ਆ ਕਿ ਇਹ ਜੇ ਸਨਾਤਨ ਧਰਮ ਦੀ ਆੜ ਲੈ ਕੇ ਚੋਲਾ ਪਾ ਕੇ ਜਿਹੜੇ ਸੌਦੇਬਾਜ਼ੀ ਕਰਨ ਵਾਲੇ ਲੋਕ ਨੇ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਤੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਅਸੀਂ ਮਾਸਟਰ ਸਲੀਮ ਦੇ ਖਿਲਾਫ ਕਾਰਵਾਈ ਵਾਸਤੇ ਆਏ ਹਾਂ ਗੱਗੀ ਪੰਡਤ ਵਾਸਤੇ ਅਸੀਂ ਮਾਸਟਰ ਸਲੀਮ ਤੇ ਗੱਗੀ ਪੰਡਤ ਦੋਹਾਂ ਦੇ ਖਿਲਾਫ ਕਰਨ ਵਾਸਤੇ ਆਏ ਆ ਮਾਸਟਰ ਸਲੀਮ ਨੇ ਤਾਂ ਜਿਹੜਾ ਪਾਪ ਕੀਤਾ ਹੀ ਕੀਤਾ ਉਹ ਤਾਂ ਸਜ਼ਾ ਦਵਾਂਗੇ ਹੀ ਦਵਾਂਗੇ ਜਿਹੜੀ ਵੀ ਹਿੰਦੂ ਤਖਤ ਤੈਅ ਕਰੂਗਾ ਹਿੰਦੂ ਜਥੇਬੰਦੀਆਂ ਤੈਅ ਕਰਨਗੀਆਂ ਨਾਲ ਸਜ਼ਾ ਦੇ ਹੱਕਦਾਰ ਇਹ ਧਰਮ ਦੇ ਠੇਕੇਦਾਰ ਵੀ ਨੇ ਜਿਹੜੇ ਇੱਕ ਪਾਸੇ ਤਾਂ ਪਰਾਤਨ ਸਾਡੇ ਗ੍ਰੰਥ ਪਵਿੱਤਰ ਗ੍ਰੰਥਾਂ ਨੂੰ ਇਹੋ ਜੀ ਲੋਕਾਂ ਦੇ ਹੱਥ ਦਿੰਦੇ ਨੇ ਤੇ ਉਹਦੀ ਜਿਹੜੀ ਮਾਨ ਮਰਿਆਦਾ ਨੂੰ ਇਹ ਆਪ ਤਾਰ-ਤਾਰ ਕਰ ਰਹੇ ਨੇ ਉਸ ਤੋਂ ਬਾਅਦ ਸਸਤੀ ਲੋਕਪ੍ਰਿਤਾ ਲੈਣ ਵਾਸਤੇ ਇਹ ਲੋਕ ਕਹਿੰਦੇ ਨੇ ਕਿ ਸਾਡੇ ਧਰਮ ਦੀ ਬੇਅਦਬੀ ਹੋਈ ਜਾਂ ਸਾਡੇ ਗ੍ਰੰਥਾਂ ਦੀ ਬੇਅਦਬੀ ਹੋਈ ਕਿਸੇ ਗੈਰ ਸਮਾਜ ਦੇ ਬੰਦੇ ਨੂੰ ਜਿਹੜੇ ਬੰਦੇ ਨੂੰ ਉਸ ਧਰਮ ਬਾਰੇ ਉਸ ਸੰਸਕ੍ਰਿਤੀ ਬਾਰੇ ਪਤਾ ਕੁਛ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਅਗਰ ਉਹ ਗ੍ਰੰਥ ਦੋਵੋਗੇ ਤੇ ਕੱਲ ਨੂੰ ਉਹ ਬੇਅਦਵੀ ਹੁੰਦੀ ਹੈ ਤਾਂ ਉਹਦੇ ਦੋਸ਼ੀ ਜਿਹੜੇ ਇਹ ਧਰਮ ਦੇ ਠੇਕੇਦਾਰ ਕਹਲائے ਜਾਣਗੇ